ਸਵਾਗਤ ਹੈ ਸਾਰਿਆਂ ਦਾ ਜੱਟਾਂ ਦੇ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰਦੇ ਹੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਹੇਠਾਂ ਸਕਰੀਨ ਤੇ ਸ਼ੋਹਰਿਆ ਹੈ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਜਿਵੇਂ ਉਸ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਆ ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ ਕੋਈ ਕਮਿਸ਼ਨ ਨਹੀਂ ਆਪਣਾ ਤੇ ਇੱਕ ਜੇ ਕੋਈ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦਾ ਐਡ ਕਰਵਾਉਣ ਲਈ ਤਾਂ ਉਸ ਦਾ ਰੇਟ ਮਾਰਕੀਟ ਵੈਲਿਊ ਨਾਲ ਹੀ ਦੱਸਿਆ ਕਰੋ ਉਹਨਾਂ ਦਾ ਰੇਟ ਦੱਸਿਆ ਕਰੋ ਜਿੰਨੇ ਇੱਕ ਦੀ ਮਸ਼ੀਨਰੀ ਹੋਵੇ ਤੇ ਇੱਕ ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਤੇ ਕਮੈਂਟਸ ਆਉਂਦੇ ਨੇ ਕਿ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕੀ ਵੀਰਾਂ ਵੱਲੋਂ ਦੱਸੀ ਹੋਈ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋਈ ਜਾਂਦੀ ਹੈ ਇਸ ਕਰਕੇ ਜੇ ਕੋਈ ਵੀ ਮਸ਼ੀਨਰੀ ਖਰੀਦਣ ਦਾ ਚਾਹਵਾਨ ਹੁੰਦਾ ਤਾਂ ਉਹ ਮਾਲਕੀ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ ਅੱਜ ਆਪਣੇ ਕੋਲ ਸੇਲ ਵਿੱਚ 6 ਟਰਾਲੀਆਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ 10 ਵਾਈ 6 ਫੁੱਟੀ ਟਰਾਲੀ ਹੈ 12 ਵਾਈ 6.5 ਫੁੱਟੀ ਟਰਾਲੀ ਹੈ 2 14 ਫੁੱਟੀਆਂ ਟਰਾਲੀਆਂ ਨੇ 11 ਵਾਈ 6 ਫੁੱਟ ਦੀ ਟਰਾਲੀ ਹੈ ਤੇ 18 ਵਾਈ 7 ਫੁੱਟ ਦੀ ਟਰਾਲੀ ਹੈ ਸਭ ਤੋਂ ਪਹਿਲਾਂ 10 ਵਾਈ 6 ਫੁੱਟ ਦੀ ਟਰਾਲੀ ਦਿਖਾ ਰਹੇ ਆ ਆਪ ਤੁਹਾਨੂੰ 2014 ਮਾਡਲ ਜੈਕ ਵਾਲੀ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ ਉਹ ਮਾਨਸਾ ਏਰੀਆ ਹੈ ਜਿੱਥੇ ਟਰਾਲੀ ਖੜੀ ਹੈ ਬਾਕੀ ਕੰਡੀਸ਼ਨ ਟਰਾਲੀ ਦੀ ਤੁਸੀਂ ਦੇਖ ਸਕਦੇ ਆ ਸਿੰਗਲ ਟੈਰੀ ਟਰਾਲੀ ਹੈ ਟਰਾਲੀ ਦੇ ਜੋ ਟਾਇਰ ਨੇ 25-30 ਪੈਸੇ ਟਰਾਲੀ ਦੇ ਟਾਇਰ ਲੱਗੇ ਹੋਏ ਐ ਸੇਮ ਕੰਡੀਸ਼ਨ ਦੇ ਵਿੱਚ ਦੋਵੇਂ ਟਾਇਰ ਪਏ ਨੇ ਬਾਕੀ ਟਾਇਰਾਂ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਵੀ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਬੇਦਕ ਸਾਫ਼ ਸੁਥਰੇ オリジナル ਟਾਇਰ ਹੈ ਕਿਤੇ ਵੀ ਕੋਈ ਕੱਟ ਵਗੈਰਾ ਨਹੀਂ ਬਾਕੀ ਟਾਟਾ ਦਾ ਹਿੱਸਾ ਲੱਗਿਆ ਹੋਇਆ ਹੈ ਬਿਲਕੁਲ オリジナル ਹਿੱਸਾ ਲੱਗਿਆ ਹੈ ਟਰਾਲੀ ਦੀ 10 ਇੰਚੀ ਹੱਬ ਹੈ ਬਾਕੀ 2 ਫੁੱਟ ਟਰਾਲੀ ਦੀ ਬਾਡੀ ਹੈ 2.5 ਫੁੱਟ ਵਡ ਲੱਗਿਆ ਹੋਇਆ ਹੈ ਬਿਡ ਨਾਲ ਹੈ ਬਾਕੀ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਹੋਈ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਸਾਫ਼ ਫਰਸ਼ ਚਾਦਰ ਹੈ ਕਿਤੋਂ ਖੋਖਲੀ ਨਹੀਂ ਕਿਤੋਂ ਗਲੀ ਸੜੀ ਨਹੀਂ ਨਾ ਹੀ ਕਿਤੇ ਜੰਗ ਵਗੈਰਾ ਲੱਗੀ ਹੋਈ ਐ ਕੜਿਆਂ ਵਾਲੇ ਰਿੰਮ ਲੱਗੇ ਹੋਏ ਨੇ ਬਾਕੀ ਸਾਫ਼ ਸੁਥਰੀ ਟਰਾਲੀ ਐ ਕੋਈ ਵੀ ਕਮੀ ਪੇਸ਼ੀ ਨਹੀਂ ਫੋਟੋਆਂ ਸਕਰੀਨ ਤੇ ਸ਼ੋ ਵੀ ਹੋ ਰੀਆਂ ਨੇ ਤੇ ਮਾਲਕ ਵੀਰਾਂ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਐ ਉਹ ਰੱਖੀ ਐ 70000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਐ ਏ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਹੈ ਜੇ ਕੋਈ ਵੀ ਮੇਰਾ ਵੀਰ ਇਹ ਟਰਾਲੀ ਉਹਨਾਂ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦਾ ਹੈ ਥੈਂਕ ਯੂ ਹੁਣ ਗੱਲ ਕਰਦੇ ਹਾਂ ਜੀ 11 ਬਾ 6 ਫੁੱਟੀ ਟਰਾਲੀ ਦੀ 2021 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ ਉਹ ਸਮਾਣਾ ਏਰੀਆ ਹੈ ਜਿੱਥੇ ਟਰਾਲੀ ਖੜੀ ਹੈ ਡਬਲ ਟੈਰੀ ਟਰਾਲੀ ਹੈ ਬਾਕੀ ਜੈਕ ਲੱਗਿਆ ਹੋਇਆ ਹੈ ਬਿਲਕੁਲ ਅਨਜੂਜ ਟਰਾਲੀ ਐ ਅਨਜੂਜਡ ਹੋਣ ਕਰਕੇ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਵਧੀਆ ਕੁਆਲਟੀ ਦਾ ਪੇਂਟ ਕੀਤਾ ਗਿਆ ਹੈ ਟਰਾਲੀ ਦੇ ਜੋ ਟਾਇਰ ਨੇ 45 50 ਪੈਸੇ ਟਰਾਲੀ ਦੇ ਟਾਇਰ ਲੱਗੇ ਹੋਏ ਐ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਪਏ ਐ ਸਾਫ ਸੁਥਰੇ ਬੇਦਕ ਪੱਕੇ ਟਾਇਰ ਐ ਕਿਤੇ ਵੀ ਕੋਈ ਕੱਟ ਵਗੈਰਾ ਨਹੀਂ ਹੈਵੀ ਕੁਆਲਟੀ ਦਾ ਫਰਸ਼ ਲੱਗਾ ਹੋਇਆ ਹੈ ਬਾਕੀ ਇਕਦਮ ਸਾਫ ਫਰਸ਼ ਜਦਰ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਟਰਾਲੀ ਦੀ 2 ਫੁੱਟ ਵਾਡੀ ਐ ਤੇ 2.5 ਫੁੱਟਾ ਵਿਡ ਲੱਗਿਆ ਹੋਇਆ ਐ ਹੈਵੀ ਕੁਆਲਟੀ ਦੀ ਟਰਾਲੀ ਬਣੀ ਹੋਈ ਹੈ ਬਿਲਕੁਲ ਨਵੀਂ ਟਰਾਲੀ ਹੈ ਸਾਰੀ ਐਸੈਸਰੀ ਬਿਲਕੁਲ ਨਵੀਂ ਲੱਗੀ ਹੋਈ ਹੈ ਟਰਾਲੀ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 1 ਲੱਖ ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਹੈ ਜੇ ਕੋਈ ਵੀ ਮੇਰਾ ਵੀਰ ਇਹ ਟਰਾਲੀ ਉਹਨਾਂ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦਾ ਹੈ ਥੈਂਕ ਯੂ ਹੁਣ ਗੱਲ ਕਰਦੇ ਆਂ ਜੀ 18x7 ਫੁੱਟੀ ਟਰਾਲੀ ਦੀ 2021 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ ਉਹ ਫਗਵਾੜਾ ਏਰੀਆ ਹੈ ਜਿੱਥੇ ਟਰਾਲੀ ਖੜੀ ਹੈ ਬਾਕੀ ਕੰਡੀਸ਼ਨ ਟਰਾਲੀ ਦੀ ਤੁਸੀਂ ਦੇਖ ਸਕਦੇ ਆਂ ਡਬਲ ਟੈਰੀ ਟਰਾਲੀ ਹੈ ਟਰਾਲੀ ਦੇ ਜੋ ਟਾਇਰ ਨੇ 50 ਪੈਸੇ ਟਰਾਲੀ ਦੇ ਟਾਇਰ ਲੱਗੇ ਹੋਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਪਏ ਆ ਸਾਫ਼ ਸੁਥਰੇ ਬੇਦਖ ਓਰਿਜਨਲ ਟਾਇਰ ਨੇ ਕਿਤੇ ਵੀ ਕੋਈ ਕੱਟ ਵਗੈਰਾ ਨਹੀਂ ਤੇ ਟਰਾਲੀ ਦੇ ਦੋਵੇਂ ਸਾਈਡਾਂ ਤੇ ਬੀਲ ਕੱਪ ਚੜੇ ਹੋਏ ਆ ਟਰਾਲੀ ਦੀ 2 ਫੁੱਟ ਵਾਡੀ ਹੈ ਤੇ 2.5 ਫੁੱਟਾ ਵਿਡ ਲੱਗਿਆ ਹੋਇਆ ਹੈ ਬਿੱਡ ਉੱਪਰ ਪਾਈਪ ਲੱਗੀ ਹੋਈ ਹੈ ਤਰਪਾਲ ਵਗੈਰਾ ਪਾਉਣ ਦੇ ਲਈ ਬਾਕੀ ਬਿਲਕੁਲ ਅਨਯੂਜ਼ਡ ਟਰਾਲੀ ਹੈ ਅਨਯੂਜ਼ਡ ਹੋਣ ਕਰਕੇ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਕੀਤਾ ਗਿਆ ਹੈ ਏ ਕਲਾਸ ਕੰਡੀਸ਼ਨ ਦਾ ਬਲੈਕ ਪੇਂਟ ਹੋਇਆ ਹੈ ਬਾਕੀ ਟਰਾਲੀ ਦੀਆਂ ਗਿਣਤੀਆਂ ਬੇਲ ਚ ਨੇ ਐਸੈਸਰੀ ਬਾਰੇ ਗੱਲ ਕਰੀਏ ਪਾਣੀ ਵਾਲੀ ਟੰਕੀ LED ਲਾਈਟਸ ਵਗੈਰਾ ਲੱਗੀਆਂ ਹੋਈਆਂ ਨੇ ਤੇ ਖੱਬੀ ਸਾਈਡ ਤੇ ਮੰਜਾ ਲੱਗਿਆ ਹੋਇਆ ਹੈ ਬਾਕੀ ਹੈਵੀ ਕੁਆਲਿਟੀ ਦਾ ਰੇਲ ਦਾ ਹੈ ਸਲ ਗਿਆ ਹੋਇਆ ਹੈ ਟਰਾਲੀ ਦੀ 10 ਇੰਚੀ ਚਾਸੀ ਹੈ ਤੇ 10 ਨਟ ਹੀ ਹੱਬ ਲੱਗੀ ਹੋਈ ਹੈ ਗਿਣਤੀਆਂ ਬੇਲ ਚ ਨੇ ਪਿੱਛੇ ਰਸਾ ਇਕੱਠਾ ਕਰ ਲਈ ਤੇ ਮੂਰੇ ਰਸਾ ਟੈਟ ਕਰਨ ਲਈ ਵਧੀਆ ਟੈਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਡਬਲ ਬੱਤੇ ਲੱਗੇ ਹੋਏ ਨੇ ਬਾਕੀ ਹੈਵੀ ਕੁਆਲਟੀ ਦੀ ਟਰਾਲੀ ਬਣੀ ਹੋਈ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਟਰਾਲੀ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 265000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਏ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਆਇਆ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰਾਲੀ ਉਨ੍ਹਾਂ ਤੋਂ ਖਰੀਦ ਸਕਦੇ ਆ। ਥੈਂਕ ਯੂ। ਹੁਣ ਗੱਲ ਕਰਦੇ ਆਂ ਜੀ 14x7 ਫੁੱਟੀ ਟਰਾਲੀ ਦੀ 2018 ਮਾਡਲ ਡਬਲ ਟੈਰੀ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਏਰੀਆ ਹੈ ਜਿੱਥੇ ਟਰਾਲੀ ਖੜੀ ਹੈ। ਬਾਕੀ ਕੰਡੀਸ਼ਨ ਟਰਾਲੀ ਦੀ ਤੁਸੀਂ ਦੇਖ ਸਕਦੇ ਆਂ। ਆਲ オリジナル ਟਰਾਲੀ ਹੈ। ਸਾਫ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਦੇ ਟਰਾਲੀ ਦਾ ਰੰਗ ਪਿੰਟ ਪਿਆ ਕਿਤੇ ਵੀ ਰੰਗ ਪਿੰਟ ਲਿਹਾ ਨਹੀਂ ਹੋਇਆ ਕਿਤੇ ਰੰਗ ਪਿੰਟ ਖਰਾਬ ਨਹੀਂ ਹੋਇਆ ਨਾ ਹੀ ਕਿਤੇ ਕੋਈ ਡੈਮੇਜ ਹੈ ਕਿਤੇ ਜੰਗ ਵਗੈਰਾ ਨਹੀਂ ਲੱਗੀ ਹੋਈ ਟਰਾਲੀ ਦੇ ਜੋ ਟਾਇਰ ਨੇ 40 ਪੈਸੇ ਟਰਾਲੀ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਲੱਗੇ ਹੋਏ ਨੇ ਸਾਫ ਸੁਥਰੇ ਬੇਦਗ ਪੱਕੇ オリジナル ਟਾਇਰ ਹੈ ਕਿਤੇ ਵੀ ਕੋਈ ਕੱਟ ਵਗੈਰਾ ਨਹੀਂ ਬਾਕੀ ਹੈਵੀ ਕੁਆਲਟੀ ਦਾ ਸਾਫ ਵਰਸ਼ ਚਾਦਰ ਲੱਗਿਆ ਹੋਇਆ ਕਿਤੇ ਵੀ ਟਰਾਲੀ ਖੋਖਲੀ ਨਹੀਂ ਨਾ ਹੀ ਕਿਤੇ ਜੰਗ ਵਗੈਰਾ ਲੱਗੀ ਹੋਈ ਹੈ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਹੋਈ ਹੈ ਟਰਾਲੀ ਲੈਂਡਸ ਵਿੱਚ ਤੁਸੀਂ ਵਧੀਆ ਚੈੱਕ ਕਰਕੇ ਟਰਾਲੀ ਨੂੰ ਖਰੀਦ ਸਕਦੇ ਆ ਤੇ ਮਾਲਕ ਵੀਰਾਂ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 1,40,000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਹਰਿਆ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਹੈ ਜੇ ਕੋਈ ਵੀ ਮੇਰਾ ਵੀਰ ਇਹ ਟਰਾਲੀ ਉਹਨਾਂ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦਾ ਹੈ ਟਰਾਲੀ ਦੀ 2 ਫੁੱਟ ਵਾਡੀ ਹੈ ਤੇ 2.5 ਫੁੱਟ ਟਰਾਲੀ ਦਾ ਵਿੱਡ ਲੱਗਿਆ ਹੋਇਆ ਹੈ ਥੈਂਕ ਯੂ ਹੁਣ ਗੱਲ ਕਰਦੇ ਆ ਜੀ 14x7 ਫੁੱਟੀ ਬਿਲਕੁਲ ਨਵੀਂ ਟਰਾਲੀ ਦੀ 2021 ਮਾਡਲ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ ਉਹ ਸੰਗਰੂਰ ਏਰੀਆ ਹੈ ਜਿੱਥੇ ਟਰਾਲੀ ਖੜੀ ਹੈ ਬਾਕੀ ਕੰਡੀਸ਼ਨ ਟਰਾਲੀ ਦੀ ਤੁਸੀਂ ਦੇਖ ਸਕਦੇ ਆ ਬਿਲਕੁਲ ਅਨਯੂਜ਼ਡ ਟਰਾਲੀ ਹੈ ਅਨਯੂਜ਼ਡ ਹੋਣ ਕਰਕੇ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਕਿਤੇ ਵੀ ਰੰਗ ਪੇਂਟ ਲਿਹਾ ਨਹੀਂ ਹੋਇਆ ਕਿਤੇ ਰੰਗ ਪੇਂਟ ਖਰਾਬ ਨਹੀਂ ਹੋਇਆ ਨਾ ਹੀ ਕਿਤੇ ਕੋਈ ਡੈਮੇਜ ਹੈ ਇਕਦਮ ਵਧੀਆ ਕੁਆਲਿਟੀ ਦਾ ਪੇਂਟ ਕੀਤਾ ਗਿਆ ਹੈ ਟਰਾਲੀ ਦੇ ਜੋ ਟਾਇਰ ਨੇ 75 80 ਪੈਸੇ ਟਰਾਲੀ ਦੇ ਟਾਇਰ ਲੱਗੇ ਹੋਏ ਐ ਸੇਮ ਕੰਡੀਸ਼ਨ ਦੇ ਵਿੱਚਾਰੇ ਟਾਇਰ ਪਏ ਐ ਬਾਕੀ ਟਾਇਰਾਂ ਦੀਆਂ ਫੋਟੋਆਂ ਸਕਰੀਨ ਤੇ ਸ਼ੋਅ ਵੀ ਹੋ ਰੀਆਂ ਨੇ ਸਾਫ਼ ਸੁਧਰੇ ਬੇਦਕ ओरिजिनल ਟਾਇਰ ਐ ਕੋਈ ਵੀ ਕਮੀ ਪੇਸ਼ੀ ਨਹੀਂ ਬਾਕੀ ਹੈਵੀ ਕੁਆਲਟੀ ਦਾ ਜੈਕ ਲੱਗਿਆ ਹੋਇਆ ਐ ਟਰਾਲੀ ਦੀ 2 ਫੁੱਟ ਵਾਡੀ ਐ ਤੇ 2.5 ਫੁੱਟ ਵਿਡ ਲੱਗਿਆ ਹੋਇਆ ਐ ਜਾਲੀ ਵਾਲਾ ਵਿੱਡ ਐ ਢੰਬੇ ਵਾਲੀ ਜਾਲੀ ਲੱਗੀ ਹੋਈ ਐ ਬਾਕੀ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰਾਲੀ ਨੂੰ ਤਿਆਰ ਕੀਤਾ ਗਿਆ ਐ ਕੋਈ ਵੀ ਕਮੀ ਪੇਸ਼ੀ ਨਹੀਂ ਹੈਵੀ ਕੁਆਲਟੀ ਦੀ ਟਰਾਲੀ ਬਣੀ ਹੋਈ ਐ ਸਾਫ਼ ਫਰਸ਼ ਚਾਦਰ ਐ ਟਰਾਲੀ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 210000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਆਂ ਜਾਂ WhatsApp ਤੇ ਮੈਸੇਜ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਆਂ ਥੈਂਕ ਯੂ ਹੁਣ ਗੱਲ ਕਰਦੇ ਆਂ ਜੀ 12x 6.5 ਫੁੱਟ ਜੈਕ ਵਾਲੀ ਟਰਾਲੀ ਦੀ 2021 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ ਉਹ ਬਾਗਾ ਪੁਰਾਣਾ ਏਰੀਆ ਹੈ ਜਿੱਥੇ ਟਰਾਲੀ ਖੜੀ ਹੈ ਬਾਕੀ ਕੰਡੀਸ਼ਨ ਟਰਾਲੀ ਦੀ ਤੁਸੀਂ ਦੇਖ ਸਕਦੇ ਆਂ ਡਬਲ ਟੈਰੀ ਟਰਾਲੀ ਹੈ ਟਰਾਲੀ ਦੇ ਜੋ ਟਾਇਰ ਨੇ 50 ਪੈਸੇ ਟਰਾਲੀ ਦੇ ਟਾਇਰ ਲੱਗੇ ਹੋਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਪਏ ਆ ਸਾਫ਼ ਸੁਧਰੇ ਬੇਦਗ ਪੱਕੇ オリジナル ਟਾਇਰ ਹੈ ਕਿਤੇ ਵੀ ਕੋਈ ਕੱਟ ਵਗੈਰਾ ਨਹੀਂ ਬਾਕੀ ਬਿਲਕੁਲ ਅਨਯੂਜ਼ ਟਰਾਲੀ ਹੈ ਅਨਯੂਜ਼ਡ ਹੋਣ ਕਰਕੇ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪਿੰਟ ਪਿਆ ਹੈ ਵਧੀਆ ਕੁਆਲਿਟੀ ਦਾ ਪੇਂਟ ਕੀਤਾ ਗਿਆ ਹੈ ਟਰਾਲੀ ਦੀ 2 ਫੁੱਟ ਵਾਡੀ ਹੈ ਤੇ 2.5 ਫੁੱਟ ਵਡ ਲੱਗਿਆ ਹੋਇਆ ਹੈ ਜਾਲੀ ਵਾਲਾ ਵਡ ਹੈ ਟਰਾਲੀ ਦੀ 10 ਇੰਚੀ ਚਾਸੀ ਤੇ 10 ਨਟੀ ਹੱਬ ਲੱਗੀ ਹੋਈ ਹੈ ਹੈਵੀ ਕੁਆਲਿਟੀ ਦਾ ਜੈਕ ਲੱਗਿਆ ਹੋਇਆ ਹੈ ਬਾਕੀ ਹੈਵੀ ਫਰਸ਼ ਚਾਦਰ ਹੈ ਕੋਈ ਵੀ ਕਮੀ ਬੇਸ਼ੀ ਨਹੀਂ ਟੀਵੀਐਸ ਦੇ ਕਾਬਲੇ ਲੱਗੇ ਹੋਏ ਨੇ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਹੋਈ ਹੈ ਮਾਲਕ ਵੀਰਾਂ ਵੱਲੋਂ ਟਰਾਲੀ ਦੀ ਪੂਰੀ ਫੁੱਲ ਗਾਰੰਟੀ ਹੈ ਟਰਾਲੀ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 165000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਹ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਆ ਜਾਂ WhatsApp ਦੇ ਮੈਸੇਜ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਆ ਥੈਂਕ ਯੂ ਸਾਰੇ ਵੀਰਾਂ ਨੇ ਇੱਕ ਹੋਰ ਰਿਕਵੈਸਟ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਇੱਕ ਜੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਉਹ ਜਰੂਰ ਦੱਸਦਿਆ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆ ਸਕੀਏ ਤੇ ਇੱਕ ਜਿੰਨੇ ਵੀ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆ ਉਹ ਉਸ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਜਰੂਰ ਦੱਸਦਿਆ ਕਰਨਾ ਜਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਜਿਸ ਕਰਕੇ ਤੁਹਾਡੀ ਐਡ ਲੇਟ ਵੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦੋ ਜਲ ਦਾ ਲਾ ਸਕੀਏ ਤੇ ਤੁਹਾਡੀ ਮਸ਼ੀਨਰੀ ਜਲਦੋ ਜਲ ਸੇਲ ਹੋ ਸਕੇ ਤੇ ਇੱਕ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾਂ ਦੇ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਲਾਲ ਰੰਗ ਦੇ ਬਟਨ ਤੇ ਟੱਚ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਆਪਾਂ ਡੇਲੀ ਛੇ ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਨੇ ਆ ਜਿਸ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਤੇ ਮਿਸ ਨਾ ਕਰ ਸਕੋ ਤੇ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਆਸਾਨੀ ਮਿਲ ਸਕੇ ਥੈਂਕ ਯੂ